ਸ਼ੇਰ-ਏ ਆਜ਼ਮ ਬਾਹਰੂਨ ਸਾਹਿਬ ਜਨਾਬੇ ਜਵਾਨ ਸੈਯਦ ਰਜ਼ਾ ਅੱਬਾਸ ਕਾਜ਼ਮੀ ਆਪ ਪੂਰੇ ਵਾਲਾ ਪਰ ਮੁਹੰਮਦ ਵਾਲੇ ਮੁਹੰਮਦ ਬੁਲੰਦਰ ਸਾਰਾਵਾ ਸਾਹਿਬ ਜ਼ਬਾਨ ਸੈਯਦ ਰਜ਼ਾ ਅੱਬਾਸ ਕਾਜ਼ਮੀ ਆਪ ਪੂਰੇ ਵਾਲਾ ਪਰ ਮੁਹੰਮਦ ਵਾਲੇ ਮੁਹੰਮਦ ਬੁਲੰਦਰ ਸਾਰਾਵਾ ਮੁਹੰਮਦ ਜ਼ਿੰਦਾ
ਆਖਿਆ ਹੈ ਜ਼ਿੰਦਾਨ ਦੇ ਦਰ ਤੇ ਰਤ ਰੋ ਕੇ, ਹੰਜ ਵਸ ਚ ਨਹੀਂ ਹਾਏ ਵਸ ਚ ਸੱਯਦ ਬੈਠੇ ਹੋ ਯੋਮਤੀ ਬੈਠੇ ਹੋ, ਕੋਸ਼ਿਸ਼ ਕਰਨਾ ਇਤਨੀ ਹਾਏ ਕਰਨਾ ਜੋ ਨਾਲ ਅੱਲਾ ਮੂੰਹ ਤੁਹਾਡਾ ਗਵਾਹ ਬਣ ਜਾਵੇ। ਮੇਰੇ ਵਾਲੇ ਪਾਸੇ ਵੇਖ ਮੇਰਾ ਬੇਟਾ, ਮੇਰੇ ਵਾਲੇ ਪਾਸੇ ਹੱਥ ਖੋਲ ਦੇ। ਜ਼ਿੰਦਾਨ ਦੇ ਦਰ ਤੇ ਰਤ ਰੋ ਕੇ, ਪਿਆ ਅਹਦਾ ਪੀਰ ਸਜਾ ਦੇ, ਕਿਹੜੀ ਗੱਲ ਸੱਯਦ ਦਾ ਮਰ ਵੇਣ ਗਈ ਆਈ। ਜ਼ਿੰਦਾਨ ਦੇ ਵਿੱਚ ਵਾ ਪਿਆ ਮੰਗਦਾ ਤੇ ਸਵਾਲ ਕਰੋ ਰਜ਼ਾ ਭਾ, ਸੋਨਾ ਮੰਗਾਏ ਚਾਂਦੀ ਮੰਗੀਏ ਮੰਗੀ ਕਿਹੜੀ ਸ਼ੈ ਸੱਯਦਾ ਦਾ ਮੈਂ ਕਦਰਦਾਨ ਬੈਠੇ ਹੋ ਆਲਾਮ ਦੇ ਬਾਦ ਨਿਮਾਜ਼ੀ ਸੱਯਦ ਕੀਤਾ ਸ਼ਾਮ ਦੇ ਵਿੱਚ ਐਲਾਨ, ਕਿਹੜਾ ਐਲਾਨ ਸੱਯਦ ਅਜਾ ਮੇਰੀ ਚੌਂ ਸਾਲਾਂ ਦੀ ਆਇਆ ਬੇੜਾਈ ਵਾ ਜਿਹੜੀ ਮਰ ਗਈ ਵਿੱਚ ਜ਼ਿੰਦਾ ਨੇ ਸੱਯਦ ਜਾਵਣ। ਮਾਲਕ ਅੱਲਾ ਤੁਹਾਨੂੰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਅਤਾ ਫਰਮਾਵੇ। ਰੋਂਦੀਆਂ ਅੱਖੀ ਨਾਲ ਦੁਆ ਮੰਗੋ, ਅੱਲਾ ਬਾਨੀਆਂ ਦੀ ਫੂੜੀ ਵਿਛਾਈ ਸੱਯਦਾ ਦੀ ਦੁਆ ਦਾ ਅਸਰ ਆਪਣੇ ਦਰਬਾਰ ਵਿੱਚ ਕਬੂਲ ਅਤੇ ਮਨਜ਼ੂਰ ਫਰਮਾਵੇ। ਮਾਲਕ ਅੱਲਾ ਤੁਸੀਂ ਜਿਤਨੇ ਕਦਮ ਚੱਲ ਕੇ ਆਏ ਹੋ ਤੁਹਾਡਾ ਕਦਮ ਕਦਮ 'ਤੇ ਟੁਰ ਆਇਆ ਆਪਣੀ ਬਾਰਗਾਹ 'ਚ ਕਬੂਲ ਅਤੇ ਮਨਜ਼ੂਰ ਫਰਮਾਵੇ। ਮਾਲਕ ਅੱਲਾ ਜਿਹੜੇ ਆਮੀਨ ਨਹੀਂ ਆਖ ਸਕਦੇ ਪਏ ਉਹਨਾਂ ਨੂੰ ਆਮੀਨ ਆਖਣ ਦੀ ਤੋਫੀਕ ਅਤਾ ਫਰਮਾ। ਮਾਲਕ ਅੱਲਾ ਇਸ ਨਾਜ਼ਕ ਦੌਰ ਜਿਤਨੇ ਵੀ ਤੰਗ ਦਸਤ ਹੈਣ ਉਹਨਾਂ ਨੂੰ ਇਮਾਮ ਰਜ਼ਾ ਇਮਾਮ ਹਸਨ ਦੇ ਦਸਤਰਖਾਨ ਵਿੱਚੋਂ ਵਸੀ ਔਰੀਜ ਲੰਗਰ ਅਤਾ ਫਰਮਾਵੇ। ਆਖਰੀ ਦੁਆ ਮੰਗਦਾ ਸਾਰੇ ਆਮੀਨ ਆਖ ਲੈਣਾ। ਮੇਰੇ ਅੱਲਾ ਸਾਡੇ ਬਾਹਰਵੇਂ ਬਾਦਸ਼ਾਹ ਦਾ ਜਲਦ ਅਜ਼ ਜਲਦ ਜ਼ਹੂਰ ਫਰਮਾ। ਮੈਂ ਤਾਲਬ ਇਲਮ ਦੀ ਅਜ਼ੀਅਤ ਨਾਲ ਦੁਆ ਮੰਗਾਈ, ਚੰਦ ਬੰਦੇ ਆਮੀਨ ਆਖੀ, ਚੰਦ ਬੰਦੇ ਆਮੀਨ ਨਹੀਂ ਆਖੀ। ਆਮੀਨ ਦਾ ਮਾਨਾ ਹੈ ਕੋਈ ਚੀਜ਼ ਮੰਗਣਾ, ਕੋਈ ਚੀਜ਼ ਤਲਬ ਕਰਨਾ। ਚਲੋ ਪਹਿਲੇ ਇਸ ਇਹ ਤਾਲਬ ਇਲਮ ਮੈਂ, ਇਸ ਤੋਂ ਪਹਿਲੇ ਮੈਂ ਇੱਕ ਗੱਲ ਹੋਰ ਕਰ ਜਾਵਾਂ। ਭਾਈ ਕੌਸਰ ਅਬਾਸ ਤੁਹਾਨੂੰ ਨਹੀਂ ਪਤਾ, ਕਿਤਾਲਪੁਰ ਤੋਂ ਆਏ ਮੁਲਤਾਨ ਦੇ ਕੋਲੋਂ ਨਕੀਬੇ ਮੈਂਬਰ ਹੈ, ਉਹਨਾਂ ਰਿਕੁਐਸਟ ਕੀਤੀ ਵੀ ਦੋ ਦੋ ਚਾਰ ਚਾਰ ਕਦਮ ਚਾਹ ਕੇ ਅੱਗੇ ਆ ਜਾਓ।
ਨਾਲੇ ਨਮਾਜ਼ ਪੜ੍ਹਦਿਆਂ ਹੋਇਆਂ ਪਹਿਲੀ ਸਫ਼ ਵਿੱਚ ਜਗ੍ਹਾ ਹੋਵੇ, ਸ਼ਰੀਅਤ ਦਾ ਮਸਲਾ ਹੈ। ਨਮਾਜ਼ ਪੜ੍ਹਦਿਆਂ ਹੋਇਆਂ ਪਹਿਲੀ ਸਫ਼ ਵਿੱਚ ਜਗ੍ਹਾ ਹੋਵੇ, ਬੰਦਾ ਜਾਣ ਬੁੱਝ ਕੇ ਪਿਛਲੀ ਸਫ਼ ਵਿੱਚ ਨਮਾਜ਼ ਪੜ੍ਹੇ ਅਤੇ ਨਮਾਜ਼ ਬਾਤਲ ਹੈ, ਬੈਠੀ ਬੈਠੀ ਜਾ ਤੇ ਦੋ ਦੋ ਚਾਰ ਚਾਰ ਕਦਮ ਚਾ ਕੇ ਗਿਆ, ਜੋ ਪੱਖੇ ਲੱਗੇ ਹੋਏ ਨੇ ਹਰ ਪਾਸੇ, ਮਾਂ ਹੁਸੈਨ ਦੀ ਰਾਜ਼ੀ ਹੋ ਜਾਵੇ। ਹੈ ਇਜਾਜ਼ਤ, ਹੁਣ ਮੈਂ ਡਿਊਟੀ ਸ਼ੁਰੂ ਕਰਾਂ। ਮੈਂ ਬਜ਼ੁਰਗੋ, ਭਾਈਓ, ਜਵਾਨੋ, ਦੁਆ ਮੰਗਾਈ, ਚੰਦ ਬੰਦੇ ਆਮੀਨ ਆਖੀ, ਚੰਦ ਬੰਦੇ ਆਮੀਨ ਨਹੀਂ ਆਖੀ। ਆਮੀਨ ਦਾ ਮਾਨਾ ਹੈ ਕੋਈ ਚੀਜ਼ ਮੰਗ ਲੈਣਾ, ਭਾਈ ਤਵੱਜੋ, ਆਮੀਨ ਦਾ ਮਾਨਾ ਹੈ ਕੋਈ ਚੀਜ਼ ਤਲਬ ਕਰਨਾ। ਮੈਂ ਸਬਕ ਸੁਣਾ ਰਿਹਾ, ਕੋਈ ਇਮਤਿਹਾਨ ਲੈਣ ਨਹੀਂ ਆਇਆ। ਮੈਂ ਪਹਿਲੇ ਆਖਿਆ ਮੈਂ ਸਭ ਤੋਂ ਛੋਟਾ ਜ਼ਾਕਿਰ ਮੈਂ ਹਾਂ, ਤਾਲਬ ਇਲਮ ਵੀ ਮੈਂ ਹਾਂ, ਜ਼ਾਕਰੀ ਮਨਵਾਉਣ ਨਹੀਂ ਆਇਆ। ਆਮੀਨ ਦਾ ਮਾਨਾ ਹੈ ਕੋਈ ਚੀਜ਼ ਮੰਗਣਾ, ਕੋਈ ਚੀਜ਼ ਤਲਬ ਕਰਨਾ, ਕੋਈ ਚੀਜ਼ ਹਾਸਲ ਕਰਨਾ। ਲੈ ਵੇਖਾਂ ਕਿਹੜਾ ਕਿਹੜਾ ਬੰਦਾ ਹਾਜ਼ਰ ਬੈਠਾ। ਬਾਰਵਾਂ ਫਰਮਾਇੰਦਾ, ਜਿਹੜਾ ਬੰਦਾ ਖਲੂਸੇ ਨੀਅਤ ਨਾਲ ਮੇਰੇ ਦਾਦੇ ਹੁਸੈਨ ਦੀ ਮਜਲਿਸ ਚਾ ਕੇ ਬੰਦਾ ਹੈ, ਮੈਂ ਮਹਦੀ ਇਸੇ ਇੰਤਜ਼ਾਰ ਚੋਂ ਨਾ ਇਹ ਕੋਈ ਸ਼ੈ ਮੰਗੇ ਤਾਂ ਮੈਂ ਇਸ ਨੂੰ ਅਤਾ ਕਰ ਜੋੜਾਂ। ਯਾਨੀ ਸਾਬਤ ਹੋਇਆ ਆਮੀਨ ਦਾ ਆਉਣ ਬਾਸ, ਸਾਬਤ ਹੋਇਆ ਆਮੀਨ ਦਾ ਮਨ ਹੈ ਬਾਹਰਵੇਂ ਕੋਲੋਂ ਕੋਈ ਸ਼ਾ ਮੰਗਣਾ। ਨਾਲੇ ਤੁਸੀਂ ਪਿੰਡਾਂ ਦੇ ਲੋਕ ਹੋ, ਗਵੇੜੀ ਲੋਕ ਹੋ, ਸ਼ਹਿਰਾਂ ਲਈ ਬੈਠੇ ਹੋ, ਸੋ ਅੱਜ ਤੁਸੀਂ ਕਿਸੇ ਵਾਸਤੇ ਆਮੀਨ ਅੱਖ ਸੋ ਅਤੇ ਕੱਲ੍ਹ ਕੋਈ ਤੁਹਾਡੇ ਵਾਸਤੇ ਆਮੀਨ ਅੱਖ ਸੀ, ਇੰਜੇ ਨਹੀਂ। ਲੈ ਹੁਣ ਮੈਂ ਹੁਣ ਗੱਲ ਸ਼ੁਰੂ ਕਰਦਾ। ਮੈਂ ਦੁਆ ਮੰਗਾਈ, ਮੈਂ ਆਖਿਆ ਅੱਲਾ ਹੁਸੈਨ ਬਾਦਸ਼ਾਹ ਬਾਨੀਆਂ ਦੀ ਫੂੜੀ ਵਿਛਾਈ, ਸੈਯਦਾ ਦੀ ਦੁਆ ਦਾ ਅਸਰ ਸੁਣਨਾ। ਇਹ ਕੌਸਰ ਵਾਸਤੇ ਤਾਂ ਪਤਾ, ਹਰ ਮਜਲਸ 'ਚ ਮੈਂ ਦੋ ਜੁਮਲੇ ਪੜ੍ਹਦਾ, ਤੁਸੀਂ ਬੋਲੋਗੇ ਮੈਂ ਬਾਤ। ਉਹ ਜਿਹੜੇ ਬੰਦੇ ਬੈਠੇ ਨਾ, ਇਹ ਜਿਹੜੇ ਮੀਟਿੰਗ ਕਰ ਰਹੇ ਨੇ, ਇਹਨਾਂ ਨੂੰ ਆਖੋ ਉੱਠ ਕੇ ਬਾਅਦ ਚਲੇ ਜਾਵਣ, ਜਾਂ ਮਜਲਸ ਵਾਲੇ ਪਾਸੇ ਧਿਆਨ ਕਰਨ, ਜਾਂ ਚਲੇ ਜਾਓ ਜਾਂ ਮੇਰੇ ਵਾਲੇ ਪਾਸੇ ਵੇਖੋ, ਦੂਸਰਿਆਂ ਨੂੰ ਡਿਸਟਰਬ ਨਾ ਕਰੋ ਬੇਟਾ, ਮਿਹਰਬਾਨੀ ਤੁਹਾਡੀ। ਮੀਟਿੰਗ ਕਰਨੀ ਹੈ ਬਾਹਰ ਜਾ ਕਰੋ। ਮੈਂ ਆਖਿਆ ਅੱਲਾ ਹੁਸੈਨ ਬਾਦਸ਼ਾਹ ਬਾਨੀਆਂ ਦੀ ਫੂੜੀ ਵਿਛਾਈ, ਸੈਯਦਾ ਦੀ ਦੁਆ ਦਾ ਅਸਰ। ਕੌਣ ਹੈ ਅੱਬਾਸ? ਤੁਸੀਂ ਬੋਲੋਗੇ ਮੈਂ ਦੋ ਜੁਮਲੇ ਤਾਂ ਹੀ ਪੜ੍ਹਨੇ ਨੇ, ਤੁਸੀਂ ਨਹੀਂ ਬੋਲਣਾ, ਮੈਂ ਵੱਤ ਵੀ ਪੜ੍ਹਨੇ, ਮੇਰਾ ਵਿਰਦ ਸਮਝੋ, ਮੇਰਾ ਇਬਾਦਤ ਸਮਝੋ, ਮੇਰਾ ਅਮਲ ਸਮਝੋ, ਪੜ੍ਹਨੇ ਮੈਂ ਹੈ। ਕੌਣ ਹੈ ਅੱਬਾਸ? ਜੁਮਲਾ ਵਸੂਲ ਕਰੋ, ਅਤੇ ਇਤਨਾ ਜੁਮਲਾ ਹੀ ਕਾਫੀ ਹੈ। ਹਸਨ ਅਤੇ ਹੁਸੈਨ ਦੀ ਮੌਜੂਦਗੀ 'ਚ ਦੋ ਬਾਦਸ਼ਾਹ ਮੌਜੂਦ ਅਤੇ ਦੋਵੇਂ ਇਮਾਮ। ਹਸਨ ਅਤੇ ਹੁਸੈਨ ਦੀ ਮੌਜੂਦਗੀ 'ਚ ਅਲੀਓ ਬਤੂਲ ਦੇ ਦਿਲ ਦੀ ਧੜਕਣ ਨੂੰ ਅੱਬਾਸ ਆਖਦੇ ਨੇ, ਜਿਹੜੇ ਹੱਥ ਉੱਠੇ ਬਾਦਸ਼ਾਹ ਦੇ ਨਾਲ ਦੇ ਨਾਲ ਬਸ ਹੋ ਗਏ ਬਾਈ, ਹੱਥ ਉੱਠੇ ਹੈਦਰੀ, ਰਾਜ਼ੀ ਹੋ ਗਿਆ। ਪਹਿਲਾ ਜੁਮਲਾ ਕੌਸਰ ਅੱਬਾਸ ਮੈਂ ਪੜ੍ਹਿਆ, ਇਹ ਥੰਮੇ ਤੋਂ ਅੱਗੇ, ਇਹ ਜਿਹੜੇ ਅੰਦਰ ਵਾਲੇ ਬਰਾਮਦਗੀ ਵਾਲੇ ਬੰਦਿਆਂ ਹੱਥ ਚਾਹੇ, ਪਿਛਲੇ ਬੰਦਿਆਂ ਹੱਥ ਨਹੀਂ ਚਾਹੇ। ਦੂਸਰਾ ਜੁਮਲਾ ਪੜ੍ਹਦਾ ਅਤੇ ਵੇਖਦਾ ਕਿਸ ਕਿਸ ਜ਼ੁਬਾਨ 'ਤੇ ਮੋਹਰ ਲੱਗੀ ਹੋਈ ਹੈ। ਪਹਿਲਾ ਜੁਮਲਾ ਆਈ ਸਰਕਾਰੇ ਅੱਬਾਸ ਦਾ, ਦੂਸਰਾ ਜੁਮਲਾ ਕਹਿੰਦਾ ਹੈ, ਦੂਸਰਾ ਜੁਮਲਾ ਹੈ ਸਰਕਾਰੇ ਅਲੀ ਦਾ, ਪਹਿਲਾ ਜੁਮਲਾ ਆਈ ਪੁੱਤਰ ਦੀ ਸ਼ਾਨ, ਦੂਸਰਾ ਜੁਮਲਾ ਹੈ ਬਾਬੇ ਦੀ ਸ਼ਾਨ। ਜੁਮਲਾ ਕਿਹੜਾ ਹੈ? ਇੱਥੇ ਦਾ ਦਾਵੇ ਤੇ ਹਾਂ ਰਾਜ਼ੀ ਹੁੰਦਾ ਹੈ। ਪਹਿਲਾ ਜੁਮਲਾ ਆਈ ਸਰਕਾਰੇ ਅੱਬਾਸ ਦਾ, ਦੂਸਰਾ ਜੁਮਲਾ ਸਰਕਾਰੇ ਅਲੀ ਦਾ। ਜੁਮਲਾ ਕਿਹੜਾ ਹੈ? ਅੱਲਾਹ ਦੀ ਇਸ ਪੂਰੀ ਕਾਇਨਾਤ ਦੇ, ਅੱਲਾਹ ਦੇ ਇਸ ਕੁੱਲ ਦੇ ਕੁੱਲ ਜਹਾਨ ਦੇ ਅੰਦਰ, ਉਹ ਇਸ ਇਲਾਕੇ ਵਾਲੇ ਔਰ ਅਮੀਰ ਵਾਲੇ ਇਤਵਾਬਤ ਸੁਣੋ, ਮੈਂ ਭੁੱਲਿਆ ਨਹੀਂ, ਅੱਲਾਹ ਦੀ ਇਸ ਪੂਰੀ ਕਾਇਨਾਤ ਦੇ, ਅੱਲਾਹ ਦੇ ਇਸ ਕੁੱਲ ਦੇ ਕੁੱਲ ਜਹਾਨ ਦੇ ਅੰਦਰ ਜਿਹੜਾ ਬਾਦਸ਼ਾਹ ਬਾਰਿਸ਼ ਦੇ ਪਾਣੀ ਦੇ ਇੱਕ ਕਤਰੇ ਨੂੰ ਰੇਤ ਦੇ ਜ਼ਰਰੇ 'ਚ ਜਜ਼ਬ ਕਰਕੇ ਤੁਰੇ ਨੇ, ਜੋ ਬਣਾ ਰਹੇ ਉਸ ਬਾਦਸ਼ਾਹ ਨੂੰ ਅਲੀ ਆਖਦੇ ਨੇ। ਹੱਥ ਉੱਚੇ ਉੱਚੇ ਹੈਦਰ ਅਲੀ,
ਜਿਹੜਾ ਬਾਦਸ਼ਾਹ ਬਾਰਿਸ਼ ਦੇ ਪਾਣੀ ਦੇ ਇੱਕ ਕਤਰੇ ਨੂੰ ਰੇਤ ਦੇ ਜ਼ਰਰੇ ਚ ਜਜ਼ਬ ਕਰਕੇ ਦੁਰੇ ਨਜਫ ਬਣਾਵੇ, ਉਸ ਬਾਦਸ਼ਾਹ ਨੂੰ ਅਲੀ ਯਾਦ ਹੈ। ਗੱਲ ਕਰਨਾ ਚਾਹੁੰਦਾ ਮੁਸ਼ਕਲ, ਤੁਹਾਨੂੰ ਪੜ੍ਹੇ ਲਿਖੇ ਤੇ ਕਦਰਦਾਨ ਸਮਝ ਕੇ ਕਰਾਂ ਗੱਲ। ਮੁਸ਼ਕਲ ਸ਼ੁਰੂ ਦਾਦ ਮੈਂ ਲੈ ਚੁੱਕਾ। ਮੌਜੂ ਅੱਜ ਦਾ ਪੜ੍ਹਨਾ ਜਿਹੜਾ ਚਾਹੁੰਦਾ, ਕਿਬਲਾ ਸਾਹਿਬ ਪੜ੍ਹ ਕੇ ਗਏ ਸਾਰਾ ਹੁਸੈਨ ਬਾਦਸ਼ਾਹ, ਤੇ ਮੇਰਾ ਦਿਲ ਚਾਹੁੰਦਾ ਮੈਂ ਹੀ ਦੋ ਗੱਲਾਂ ਸਰਕਾਰ ਹੁਸੈਨ ਤੇ ਕਰਾਂ। ਪੜ੍ਹਾਂ ਬਈ, ਕਰਬਲਾ ਜ਼ਾਹਰਨ ਜ਼ਮੀਨ ਬਾਤਨਨ ਜੰਨਤ, ਕੌਸਰ ਸਾਹਮਣੇ ਆ। ਸਾਡੇ ਇਲਾਕੇ ਦਾ ਹੀ ਮਿਆਰ ਵੇਖ, ਕਰਬਲਾ ਕੀ ਹੈ? ਜ਼ਾਹਰਨ ਜ਼ਮੀਨ ਬਾਤਨਨ ਜੰਨਤ। ਚਲੋ ਜਿਹਨਾਂ ਨੂੰ ਸਮਝ ਨਹੀਂ ਆਈ ਸੌਖੇ ਲਫ਼ਜ਼ਾਂ 'ਚ ਪੜ੍ਹਦਾ, ਕਰਬਲਾ ਜ਼ਾਹਰਨ ਜ਼ਮੀਨ ਬਾਤਨਨ ਜੰਨਤ, ਵੇਖਣ 'ਚ ਮਿੱਟੀ ਹੈ ਹਕੀਕਤ 'ਚ ਖਾ ਕੇ ਸ਼ਿਫਾ ਹੈ। ਜਿਹੜਾ ਬੰਦਾ ਬਿਮਾਰ ਹੈ, ਸੈਯਦਾਂ ਅਮਲ ਦੇ ਕੇ ਜਾ ਰਿਹਾ, ਬਹੁਤ ਬੜਾ ਅਮਲ ਹੈ, ਇਹ ਅਮਲ ਕਰੇ ਜੇ ਉਸਨੂੰ ਬਿਮਾਰੀ ਰਹਿ ਜਾਏ, ਮੇਰਾ ਗਿਰਬਾਨ ਨੱਪੇ, ਫੋਨ ਮੇਰਾ ਲਵੇ ਅਤੇ ਮੈਂ ਹਾਜ਼ਰ। ਦੋ ਰਕਾਤ ਨਮਾਜ਼ ਸਰਕਾਰ ਹੁਸੈਨ ਪੜ੍ਹਨੀ ਹੈ ਉਸ ਬੰਦੇ, ਫਜਰ ਦੀ ਨਮਾਜ਼ ਤੋਂ ਬਾਅਦ। ਜਿਹੜਾ ਬੰਦਾ ਬਿਮਾਰ ਹੈ ਉਸ ਕਿਹੜਾ ਕੰਮ ਕਰਨਾ ਹੈ? ਦੋ ਰਕਾਤ ਨਮਾਜ਼ ਪੜ੍ਹਨੀ ਹੈ। ਮੌਜੂ ਹੈ ਕਰਬਲਾ ਜ਼ਾਹਰਨ ਜ਼ਮੀਨ ਬਾਤਨਨ ਜੰਨਤ, ਵੇਖਣ 'ਚ ਮਿੱਟੀ ਹਕੀਕਤ 'ਚ ਖਾ ਕੇ ਸ਼ਿਫਾ। ਉਹ ਬੰਦਾ ਸਵੇਰੇ ਉੱਠ ਕੇ ਦੋ ਰਕਾਤ ਨਮਾਜ਼ ਪੜ੍ਹੇ, ਨਮਾਜ਼ ਦੇ ਬਾਅਦ ਥੋੜ੍ਹੀ ਜਿਹੀ ਖਾਕੇ ਸ਼ਿਫਾ ਪਾਣੀ ਵਿੱਚ ਹੱਲ ਕਰੇ, ਉਹ ਪੀਵੇ, ਉਸਨੂੰ ਬਿਮਾਰੀ ਰਹਿ ਜਾਏ, ਮੈਂ ਸੈਯਦ ਉਸਦਾ ਜ਼ਾਮੇ ਨਾ। ਦੂਸਰੀ ਗੱਲ, ਜਿਹਨੂੰ ਮੇਰੀ ਗੱਲ 'ਤੇ ਯਕੀਨ ਨਹੀਂ, ਇੰਝ ਕਰੇ, ਛੇਵਾਂ ਬਾਦਸ਼ਾਹ ਪਿਆ ਫਰਮਿੰਦਾ ਸਰਕਾਰੇ ਜਾਫਰੋ ਸਾਦਿਕ, ਸਰਕਾਰੇ ਜਾਫਰੋ ਸਾਦਿਕ ਕੋਲ ਜਾਂ ਤਾਂ ਪੜ੍ਹਨੀ ਨਾ ਹੀ ਸਲਵਾਤ, ਜੇ ਪੜ੍ਹਨੀ ਆਈ ਤਾਂ ਛੇਵੇਂ ਦੀ ਜ਼ਾਤ 'ਤੇ ਬਵਾਜ਼ੇ ਬੁਲੰਦ ਸਲਵਾਤ ਪੜ੍ਹੋ। ਕੌਸਰ ਆਵਾਜ਼, ਮੈਂ ਛੇਵੇਂ ਬਾਦਸ਼ਾਹ ਦਾ ਫਰਮਾਨ ਪੜ੍ਹ ਰਿਹਾ। ਛੇਵਾਂ ਬਾਦਸ਼ਾਹ ਫਰਮਾਉਂਦਾ, ਇੱਕ ਬੰਦਾ ਆ ਗਿਆ ਛੇਵੇਂ ਬਾਈ ਮੇਰੇ ਵਾਲੇ ਪਾਸੇ ਵੇਖਣਾ, ਬਾਈ ਅੱਲੀ ਨਾ ਮੇਰੇ ਵਾਲੇ ਪਾਸੇ ਵੇਖ, ਸਿਰਫ ਛੇਵੇਂ ਬਾਦਸ਼ਾਹ ਦੇ ਕੋਲ ਇੱਕ ਬੰਦਾ ਆ ਗਿਆ। ਆ ਗਿਆ ਤਾਂ ਬਾਦਸ਼ਾਹ, ਮੈਂ ਢੇਰ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹਾਂ, ਜਿਹਨੂੰ ਢੇਰ ਨਾ ਸਮਝ ਆਵੇ। ਸਰਕਾਰ ਆਖਿਆ, ਸਰਕਾਰ ਨੂੰ ਆਦਾ, ਮੈਂ ਬਹੁਤ ਸਾਰੀਆਂ ਬਿਮਾਰੀਆਂ 'ਚ ਮੁਬਤਲਾ ਹਾਂ, ਮੇਰੀ ਬਿਮਾਰੀ ਦਾ ਕੋਈ ਇਲਾਜ ਹੈ? ਕੌਣ ਪਿਆਦਾ? ਜਿਹੜਾ ਬੰਦਾ ਬਾਹਰੋਂ ਆਇਆ ਤੇ ਛੇਵੇਂ ਬਾਦਸ਼ਾਹ ਸਰਕਾਰ ਜਾਫਰ ਸਾਦਿਕ ਨੂੰ, ਮੇਰੀ ਬਿਮਾਰੀ ਦਾ ਇਲਾਜ ਹੈ? ਸਰਕਾਰ, ਮੇਰੀ ਬਿਮਾਰੀ ਦਾ ਇਲਾਜ ਨਾ ਕਿਸੇ ਹਕੀਮ ਕੋਲ, ਨਾ ਕਿਸੇ ਬੁਕਰਾਤ ਕੋਲ, ਨਾ ਕਿਸੇ ਸੁਕਰਾਤ ਕੋਲ, ਨਾ ਕਿਸੇ ਤਬੀਬ ਕੋਲ, ਕਿਸੇ ਕੋਲ ਹੀ ਕੋਈ ਨਹੀਂ, ਮੇਰੀ ਬਿਮਾਰੀ ਦਾ ਕੋਈ ਇਲਾਜ ਹੈ? ਜੰਪਸ ਸੀ ਉਸ ਬੰਦੇ ਨੂੰ ਜਿਹੜਾ ਮਾਂ ਦੀ ਗੋਦ ਤੋਂ ਸ਼ੀਆ ਹੋਇਆ। ਸਰਕਾਰ ਫਰਮਾਇਆ ਹੈ, ਸਰਕਾਰ ਫਰਮਾਇਆ ਹੈ, ਆਖਿਆ ਦੱਸੋ। ਸਰਕਾਰ ਫਰਮਾਇਆ, ਇਹ ਕਰ ਕਰਬਲਾ ਚਲਾ ਜਾ, ਥੋੜ੍ਹੀ ਜਿਹੀ ਖਾ ਕੇ ਸ਼ਿਫਾ ਚੱਖ ਲੈ, ਤੈਨੂੰ ਬਿਮਾਰੀ ਰਹਿ ਜਾਏ, ਮੈਂ ਜਾਫਰ ਸਾਦਿਕ ਦਾ ਹੱਥ ਉੱਚੇ ਆਵੇ ਸਾਰਿਆਂ ਦੇ ਹੱਥ ਉੱਚੇ ਪਤਾ ਸੀਗਾ ਹੈਦਰੀ, ਤੈਨੂੰ ਬਿਮਾਰੀ ਰਹਿ ਜਾਏ, ਮੈਂ ਜਾਫਰ ਸਾਦਿਕ ਤੇਰਾ ਜ਼ਾਮੇ ਨਾ। ਗੱਲ ਅਜੇ ਮੈਂ ਸ਼ੁਰੂ ਨਹੀਂ ਕੀਤੀ, ਗੱਲ ਮੈਂ ਸ਼ੁਰੂ ਕਰਨੀ ਹੈ। ਅਜੇ ਮੈਂ ਜ਼ਮੀਨ ਬਣ ਰਿਹਾ, ਕਰਬਲਾ ਜ਼ਾਹਰਨ ਜ਼ਮੀਨ ਹੈ ਬਾਤਨਨ ਜੰਨਤ, ਵੇਖਣ 'ਚ ਮਿੱਟੀ ਹੈ ਹਕੀਕਤ 'ਚ ਖਾ ਕੇ ਸ਼ਿਫਾ ਹੈ। ਹੁਣ ਮੈਂ ਛੋਟਾ ਜਿਹਾ ਤੁਹਾਡੇ ਮਿਆਰ ਬੁਲੰਦ ਕਰਨਾ ਚਾਹੁੰਦਾ, ਕਰਬਲਾ ਹੈ ਕਿਆ? ਇੱਕ ਕੰਮ, 1.25 ਲੱਖ ਅੰਬੀਆ ਜੰਨਤ 'ਚ ਪਹਿਲੇ ਮੌਜੂਦ। ਚਲੋ ਇਸ ਤੋਂ ਪਹਿਲੇ ਗੱਲ ਕਰਦਾ, ਕੌਸਰ ਖੁਮੈਨੀ ਸਾਹਿਬ ਦਾ ਨਾਂ ਕਿਸੇ ਸੁਣਿਆ? ਬੋਲੋ ਯਾਰ,
ਸਾਰਿਆਂ ਸੁਣਿਆ ਤਵਤ ਮੇਰੀ ਤਸਦੀਕ ਤੇ ਤਾਇਦ ਕਰਨਾ, ਇਹਨਾਂ ਸ਼ੀਅਤ ਦਾ ਪ੍ਰਚਾਰ ਨਹੀਂ ਕੀਤਾ ਖੁਮੈਨੀ ਸਾਹਿਬ, ਸ਼ੀਅਤ ਦਾ ਪ੍ਰਚਾਰ ਨਹੀਂ ਕੀਤਾ, ਇਹਨਾਂ ਦੀਨੇ ਇਸਲਾਮ ਦਾ ਪ੍ਰਚਾਰ ਕੀਤਾ। ਤੇ ਯਾਦ ਰੱਖਣਾ ਇਰਾਨ ਦੇ ਜਿਤਨੇ ਵੀ ਸ਼ੀਆ ਨਾ, ਉਹ ਬਹੁਤ ਦਲੇਰ ਨੇ, ਉਹ ਨਾ ਝੁਕਣ ਵਾਲੇ ਨਾ ਡਰਨ ਵਾਲੇ। ਭਾਈ ਤਵੱਜੋ, ਖੁਮੈਨੀ ਸਾਹਿਬ ਨੂੰ ਲੈ ਮੈਂ ਵੇਖਾਂ ਕਿਸ ਕਿਸ ਜ਼ੁਬਾਨ ਤੇ ਮੋਹਰ ਖੁਮੈਨੀ ਸਾਹਿਬ ਨੂੰ ਨਾ ਕੌਸਰ। ਇੰਜ ਕਰਕੇ ਅਲਹਿਦਾ ਕਮਰੇ 'ਚ ਫੌਜ ਦਾ ਇੱਕ ਜਰਨਲ ਕਰਨਲ ਵੱਡਾ ਲੈ ਗਿਆ, ਉਹਨੂੰ ਆਖਦਾ ਮੇਰੀ ਗੱਲ ਸੁਣੇ ਨਾ, ਲੈ ਗਿਆ ਕਮਰੇ 'ਚ। ਉਸ ਆਖਿਆ ਯਾਰ ਮੇਰੇ ਕੋਲ ਫੌਜ ਵੀ ਹੈ ਭਾਈ, ਮੇਰੇ ਵਾਲੇ ਪਾਸੇ ਵੇਖਣਾ, ਨਕਸ਼ਾ ਵੇਖ ਲਿਆ ਤੇ ਹਰ ਬੰਦੇ ਦੀ ਜ਼ੁਬਾਨ ਬੋਲੇਗੀ। ਉਹਨੂੰ ਆਖਦਾ ਖੁਮੈਨੀ ਸਾਹਿਬ ਨੂੰ ਮੇਰੇ ਕੋਲ ਫੌਜ ਵੀ ਹੈ, ਅਸਲਾ ਵੀ ਹੈ, ਤਾਕਤ ਵੀ ਹੈ, ਹਰ ਚੀਜ਼ ਮੌਜੂਦ ਹੈ, ਨਾ ਤੇਰੇ ਕੋਲ ਫੌਜ ਹੈ, ਨਾ ਅਸਲਾ ਹੈ, ਨਾ ਤਾਕਤ ਹੈ, ਤੈਨੂੰ ਕਿਸ ਚੀਜ਼ 'ਤੇ ਮਾਣ ਹੈ? ਉੱਠ ਕੇ ਚਲਾ ਜਾਏ ਜਿਹਨੂੰ ਸਰਕਾਰੇ ਹੁਸੈਨ ਦਾ ਫਜ਼ਾਇਲ ਸਮਝ 'ਚ ਨਹੀਂ ਆਉਂਦਾ, ਤੈਨੂੰ ਕਿਸ ਚੀਜ਼ 'ਤੇ ਮਾਣ ਹੈ? ਉਸ ਵੇਲੇ ਖੁਮੈਨੀ ਸਾਹਿਬ ਇਸ ਵਜ੍ਹਾ ਪਾਸੇ ਡੇਕ ਕਹਿ ਦੇਣ, ਓਏ ਤੈਨੂੰ ਫੌਜ 'ਤੇ ਮਾਣ ਹੈ, ਅਸਲੇ 'ਤੇ ਮਾਣ ਹੈ, ਤੈਨੂੰ ਤਾਕਤ 'ਤੇ ਮਾਣ ਹੈ, ਮੈਨੂੰ ਹੁਸੈਨ ਦੀ ਕਾਮੇ ਸਿਫਾ 'ਤੇ ਮਾਣ ਹੈ। ਰਾਜ਼ੀ ਹੋ ਗਿਆ। ਚਲੋ ਉਹ ਗੱਲ ਨਬੀਆਂ ਲਈ ਛੋੜਦਾ, ਅੱਗੇ ਵੱਧਦਾ। ਵੱਤ ਕਿਸੇ ਮਜਲਿਸ 'ਤੇ ਹਾਸਲ ਹੋਇਆ, ਹਾਜ਼ਰ ਹੋਇਆ ਅਤੇ ਲੰਬਾ ਪੜਸਾਂ, ਹੁਣ ਕਿਦਾਂ ਹੀ ਮੈਂ ਇਹਨਾਂ ਦਾ ਹੱਕ ਹੀ ਨਾ ਖਾ ਜਾਵਾਂ। ਇੱਕ ਸ਼ਾਹ ਅਬਾਸ ਬਾਦਸ਼ਾਹ ਦਾ ਦੌਰ ਆਈ, ਸ਼ਾਹ ਅਬਾਸ ਦਾ, ਸ਼ਾਹ ਅਬਾਸ ਦਾ ਦੌਰ ਆਈ। ਇਸ ਦਾ ਨਾਂ ਕਿੱਡਾ ਸੋਹਣਾ ਹੈ, ਸ਼ਾਹ ਅਬਾਸ। ਜਿਵੇਂ ਇਸ ਦਾ ਨਾਂ ਸੋਹਣਾ ਹੈ, ਉਵੇਂ ਇਸ ਦਾ ਅਕੀਦਾ ਵੀ ਸੋਹਣਾ ਹੈ। ਪੁੱਛੋ, ਸਵਾਲ ਕਰੋ, ਰਜ਼ਾ ਬਾਸ ਅਕੀਦਾ ਕੀ ਹੈ? ਹਰ ਵਕਤ ਹਰ ਟਾਈਮ ਇੱਕੋ ਗੱਲ ਕਰਦਾ, ਅਲੀ ਅਲੀ ਹੁਸੈਨ ਹੁਸੈਨ, ਅਲੀ ਅਲੀ ਹੁਸੈਨ ਹੁਸੈਨ, ਅਲੀ ਅਲੀ ਹੁਸੈਨ ਹੁਸੈਨ। ਮੌਜੂ ਅੱਜ ਦਾ ਕੀ ਹੈ? ਕਰਬਲਾ ਜ਼ਹਰਨ ਜ਼ਮੀਨ ਬਤਨਨ ਜੰਨਤ, ਵੇਖਣ 'ਚ ਮਿੱਟੀ, ਬੋਲੋ ਹਕੀਕਤ 'ਚ ਖਾਕੇ ਸ਼ਿਫਾ। ਮੌਜੂ ਜ਼ਿਹਨ 'ਚ ਰਹੇ ਤਾਂ ਮੈਂ ਗੱਲ ਸ਼ੁਰੂ ਕਰ ਲਈ। ਸ਼ਾਹ ਅਬਾਸ ਦੇ ਦੌਰ 'ਚ ਇੱਕ ਈਸਾਈ ਆ ਗਿਆ, ਈਸਾਈ ਆਲਮ ਦੀਨ ਆਈ ਅਤੇ ਏਡਾ ਮੋਟਾ ਆਈ, ਏਡਾ ਮੋਟਾ, ਮੈਂ ਦੱਸ ਨਹੀਂ ਸਕਦਾ, ਕੁਰਸੀ 'ਤੇ ਪੂਰਾ ਨਹੀਂ ਜਾਂਦਾ। ਗੱਲ ਸੁਣ ਲੈਣਾ, ਦਾਦ ਮੈਂ ਲੈ ਚੁੱਕਾ, ਹੁਣ ਮੈਂ ਗੱਲ ਸ਼ੁਰੂ ਕੀਤੀ ਹੈ। ਈਸਾਈ ਆ ਕੇ ਕਹਿੰਦਾ, ਜੀ ਕਿਹਨੂੰ ਆਖਦਾ? ਸ਼ਾਹ ਅਬਾਸ ਨੂੰ, ਮੈਂ ਗੈਬ ਬਹੁਤ ਜ਼ਿਆਦਾ ਜਾਣਦਾ। ਸ਼ਾਹ ਅਬਾਸ ਬੜੇ ਆਰਾਮ ਨਾਲ ਆ ਕਿਹਾ, ਓਏ ਇਨਸਾਨ ਦਾ ਬੱਚਾ ਬਣ, ਐਸੇ ਦਾਅਵੇ ਨਾ ਕਰ, ਐਸੇ ਦਾਅਵੇ ਜਾਂ ਮਾਸੂਮ ਕਰ ਦੇਣ, ਐਸੇ ਦਾਅਵੇ ਜਾਂ ਮਾਸੂਮ ਕਰ ਦੇ ਜਾਂ ਨਬੀ ਕਰ ਦੇਣ, ਤੂੰ ਗੈਬ ਕਿਵੇਂ ਜਾਣਦਾ? ਉਸ ਆਖਿਆ, ਮੇਰੀ ਕੋਲੋਂ ਜਿਹੜੀ ਗੱਲ ਪੁੱਛੋ ਮੈਂ ਹੁਣੇ ਦੱਸਦਾ। ਸ਼ਾਹ ਅਬਾਸ ਆਖਿਆ, ਦੱਸ ਮੇਰੀ ਜੇਬ ਵਿੱਚ ਕਿਤਨੇ ਪੈਸੇ? ਉਸ ਆਖਿਆ, ਇਤਨੇ ਪੈਸੇ ਫੁਲਾਂ ਫੁਲਾਂ ਕਾਗਜ਼ ਅਤੇ ਫੁਲਾਂ ਫੁਲਾਂ ਚੀਜ਼ਾਂ। ਬਾਈ ਤਵੱਜੋ, ਉਸ ਘੱਡੀਆਂ ਵੇਖਿਆ, ਕੌਸਰ ਸੇਮ ਸੇਮ ਮੈਨੂੰ ਅੰਨੂ ਮੈਂ ਪਰੇਸ਼ਾਨ ਹੋ ਗਿਆ। ਨਾਲ ਬੈਠਾ ਹੀ ਇੱਕ ਉਸਦਾ ਵਜ਼ੀਰ, ਉਹਨੂੰ ਆਖਦਾ, ਯਾਰ ਇਹਦਾ ਟੇਵਾ ਗਿਆ ਅਲੱਗ, ਅਤੇ ਇਹਨੂੰ ਮੈਂ ਪੁੱਛਦਾ ਮੇਰੇ ਕੋਲ ਕੀ? ਉਸ ਆਖਿਆ, ਦੱਸ ਹੋਏ ਮੇਰੀ ਜੇਬ ਵਿੱਚ ਕੀ ਹੈ? ਤੂੰ ਬੜਾ ਮੌਲਵੀ ਬਣਿਆ ਵੱਧਾ। ਉਸ ਆਖਿਆ, ਤੇਰੀ ਜੇਬ ਵਿੱਚ ਇਤਨੇ ਪੈਸੇ, ਇਤਨੇ ਕਾਗਜ਼ਾਤ ਅਤੇ ਫੁਲਾਂ ਫੁਲਾਂ ਚੀਜ਼ਾਂ। ਕੱਢ ਕੇ ਵੇਖਿਆ ਅਤੇ ਸੇਮ ਸੇਮ ਮੈਨੂੰ ਅੰਨ ਉਵੇਂ ਪਰੇਸ਼ਾਨ ਹੋ ਗਏ। ਬਈ ਇਹਨੂੰ ਤਾਂ ਈਸਾਈ ਨੂੰ ਜਿਹੜੀ ਗੱਲ ਪੁੱਛੋ ਮਿੰਟ ਲੈਂਦਾ ਹੀ, ਮਿੰਟ ਮਰੇਂਦਾ, ਦੱਸ ਛੁੜੇਂਦਾ, ਇਹਦਾ ਹੱਲ ਕੀ ਕੱਢੀਏ? ਹੱਤਾ ਕਿ ਕਮਜ਼ੋਰ ਅਕੀਦਾ ਲੋਕ, ਬੜੇ ਬੜੇ ਮਜ਼ਾਹਿਬ ਦੇ ਮੌਲਵੀ ਆਏ, ਆ ਕੇ ਉਸ ਈਸਾਈ ਨੂੰ ਅਜ਼ਮਾਇਆ, ਅਜ਼ਮਾ ਕੇ ਆਦਨ ਜਿਹੜੀ ਗੱਲ ਪੁੱਛੇ ਈਸਾਈ ਦੱਸ ਦੇਵੇ। ਹੱਤਾ ਕਿ ਕਮਜ਼ੋਰ ਅਕੀਦਾ ਲੋਕ ਮਜ਼ਹਬ ਇਸਲਾਮ ਛੋੜ ਕੇ ਮਜ਼ਹਬ ਈਸਾਈ ਅਪਣਾਉਣ ਲੱਗ ਪਏ। ਸ਼ਾਹ ਅਬਾਸ ਪਰੇਸ਼ਾਨ ਹੋ ਗਿਆ, ਲੈ ਵੀ ਚੰਗੇ ਭਲੇ ਕਲਮਾ ਪੜ੍ਹੀ ਵਧੀਆ ਤਾਂ ਹੁਣ ਈਸਾਈ 'ਤੇ ਜੁੜ ਗਏ, ਹਲਕੇ ਕਰਾਂ।
ਬਾਈ ਤਵੱਜੋ, ਬਾਈ ਰਣਜੀਤਾ ਰਾਜਾ ਤਵੱਜੋ ਕਰੀ। ਉਸ ਆਖਿਆ ਬਈ ਇੰਝ ਕਰਦੇ ਹਾਂ, ਵਜ਼ੀਰ ਨੂੰ ਆਦਾ, ਵਜ਼ੀਰ ਨੂੰ ਆਦਾ, ਇੰਝ ਕਰਦੇ ਹਾਂ, ਸਾਡੇ ਮਜ਼ਹਬ ਦਾ ਇੱਕ ਬਹੁਤ ਬੜਾ ਆਲਮ ਹੈ ਜਿਸ ਦਾ ਨਾਮ ਹੈ ਮੋਹਸਨ ਫੈਜ਼, ਉਸ ਨੂੰ ਖਤ ਲਿਖੀਏ ਕਾਗਜ਼ ਕਲਮ ਚਾਹ। ਤਵੱਜੋ ਹੈ ਸਾਰਿਆਂ ਦੀ, ਕਾਗਜ਼ ਕਲਮ ਆ ਗਿਆ, ਖਤ ਸੁਣ ਲਿਆ ਅਤੇ ਹਰ ਬੰਦੇ ਦੀ ਇਬਾਦਤ ਹੋ ਜਾਣੀ ਹੈ। ਮੋਹਸਨ ਫੈਜ਼ ਲਿਖਿਆ, ਸਲਾਮ ਅਲੈਕਾ ਸਲਾਮ, ਸਲਾਮ ਅਲੈਕਾ ਸਲਾਮ, ਸਲਾਮ ਮੈਂ ਸ਼ਾਹ ਅਬਾਸ ਪਿਆ ਲਿਖਦਾ ਜੀ, ਮੇਰੀ ਰਿਕੁਐਸਟ ਹੈ, ਸਾਡੇ ਮਜ਼ਹਬ ਵਿੱਚ ਸਾਡੇ ਦਰਬਾਰ ਵਿੱਚ ਇੱਕ ਈਸਾਈ ਆਲਮ ਆਇਆ, ਆ ਕੇ ਆਦਾ ਮੈਂ ਗੈਬ ਬਹੁਤ ਜ਼ਿਆਦਾ ਜਾਣਦਾ, ਲਿਹਾਜ਼ਾ ਮੋਹਸਨ ਫੈਜ਼ ਸਰਕਾਰ ਤੁਸੀਂ ਆਓ, ਆ ਕੇ ਸਾਡੇ ਮਜ਼ਹਬ ਦੀ ਸੱਚਾਈ ਅਤੇ ਸਦਾਕਤ ਬਿਆਨ ਕਰੋ, ਲਿਹਾਜ਼ਾ ਤੁਸੀਂ ਆ ਕੇ ਦੱਸੋ ਮਜ਼ਹਬੇ ਇਸਲਾਮ ਸੱਚਾ ਨਹੀਂ, ਮਜ਼ਹਬੇ ਇਸਲਾਮ ਸੱਚਾ ਹੈ, ਮਜ਼ਹਬੇ ਈਸਾਈ ਸੱਚਾ ਨਹੀਂ, ਤੁਸੀਂ ਆਓ ਆ ਕੇ ਸਾਡੇ ਮਜ਼ਹਬ ਦੀ ਸਦਾਕਤ ਅਤੇ ਸੱਚਾਈ ਬਿਆਨ ਕਰੋ। ਮੈਨੂੰ ਪਤਾ ਹੈ ਜਦੋਂ ਵੀ ਦੀਨ ਤੇ ਔਖੀ ਬਣੀ ਹੈ ਜਾਂ 14 ਹਿਫਾਜ਼ਤ ਕੀਤੀ ਹੈ ਜਾਂ 14 ਦੇ ਮੰਨਣ ਵਾਲਿਆਂ ਦੀ, ਤੁਸੀਂ ਆ ਜਾਓ ਆ ਕੇ ਸਾਡੇ ਮਜ਼ਹਬ ਦੀ ਸਦਾਕਤ ਅਤੇ ਸੱਚਾਈ ਬਿਆਨ ਕਰੋ। ਠੀਕ ਹੈ, ਕਾਸਦ ਖਤ ਲੈ ਕੇ ਟੁਰ ਪਿਆ, ਪਹੁੰਚ ਗਿਆ ਕਿੱਥੇ, ਮੋਹਸਨ ਫੈਜ਼ ਕੋਲ। ਅਗਰ ਮੈਂ ਨਕਸ਼ਾ ਵਿਖਾ ਲਿਆ ਤਾਂ ਹਰ ਬੰਦੇ ਦੀ ਇਬਾਦਤ ਹੋ ਚੁੱਕੀ, ਰਾਤ ਨੂੰ ਲੇਟ ਕੇ ਸੋਚੀ ਮਜਲਿਸ ਵਿੱਚ ਗਿਆ ਅਤੇ ਹਾਸਲ ਕੀ ਕਰਕੇ ਆਇਆ, ਸਿਰਫ ਤਵੱਜੋ ਦਾ ਤਲਬਗਾਰ ਹਾਂ। ਕਾਸਦ ਟੁਰ ਪਿਆ, ਦਖਲ ਬਾਤ ਕੀਤੀ, ਮੋਹਸਨ ਫੈਜ਼ ਦੇ ਦਰਵਾਜ਼ੇ 'ਤੇ ਆ ਗਿਆ, ਮੈਂ ਕਾਸਦ ਹਾਂ, ਕਹਿੰਦਾ ਸ਼ਾਹ ਅਬਾਸ ਦਾ, ਕਹਿ ਭੇਜਿਆ ਸ਼ਾਹ ਅਬਾਸ, ਇਹ ਖਤ ਦਿੱਤਾ ਉਹਨਾਂ, ਖਤ ਪੜ੍ਹਿਆ ਮੋਹਸਨ ਫੈਜ਼, ਬੱਚਿਆਂ ਨੂੰ ਪੜ੍ਹਾਉਣ 'ਚ ਮਸਰੂਫ ਹਨ, ਹਾਏ ਮੈਂ ਸਦਕੇ ਮੰਨਣ ਵਾਲੇ ਹੋਵਣ ਅਤੇ ਇੰਜ ਹੋਵਣ, ਇਹ ਮੋਹਸਨ ਫੈਜ਼ ਬੱਚਿਆਂ ਨੂੰ ਪੜ੍ਹਾਉਣ 'ਚ ਮਸਰੂਫ ਹਨ, ਕਿਤਾਬਾਂ ਬੰਦ ਕਰਵਾਈਆਂ, ਬੇਟਾ ਇੱਕ ਮਿੰਟ ਮੈਨੂੰ ਖਤ ਪੜ੍ਹਨ ਦਿਓ। ਮੋਹਸਨ ਫੈਜ਼ ਦਾ ਜਦੋਂ ਖਤ ਪੜ੍ਹਿਆ ਨਾ ਸ਼ਾਹ ਅਬਾਸ ਦਾ, ਬੱਚਿਆਂ ਨੂੰ ਆਦਾ ਕਿਤਾਬਾਂ ਬੰਦ ਕਰੋ, ਕਿਤਾਬਾਂ ਬੰਦ ਕਰਕੇ ਆਪਣੀ ਜਾਤ 'ਤੇ ਰੱਖੋ, ਚਲੋ ਚੱਲੀਏ, ਉੱਥੇ ਜਾ ਕੇ ਸਦਾਕਤ ਅਤੇ ਸੱਚਾਈ ਬਿਆਨ ਕਰਨੀ ਹੈ, ਇਸ ਬੰਦੇ ਨੂੰ ਜਗਾਉਣਾ, ਉੱਥੇ ਜਾ ਕੇ ਸਦਾਕਤ ਅਤੇ ਸੱਚਾਈ ਬਿਆਨ ਕਰਨੀ ਹੈ, ਉੱਥੇ ਜਾ ਕੇ ਸਦਾਕਤ ਅਤੇ ਸੱਚਾਈ ਬਿਆਨ ਕਰਨੀ ਹੈ, ਉਹਨਾਂ ਨੂੰ ਦੱਸਣਾ ਹੈ ਮਜ਼ਹਬੇ ਈਸਾਈ ਸੱਚਾ ਨਹੀਂ, ਮਜ਼ਹਬੇ ਇਸਲਾਮ ਸੱਚਾ ਹੈ। ਮੈਨੂੰ ਕੁਰਾਨ ਦੀ ਕਸਮ ਹੈ, ਮੈਨੂੰ ਨਹੀਂ ਪਤਾ ਤੁਹਾਡੇ 'ਚੋਂ ਕਿਹੜਾ ਸੁੰਨੀ ਹੈ, ਕਿਹੜਾ ਸ਼ੀਆ ਹੈ, ਕਹਿੰਦਾ ਕਿਸ ਮਜ਼ਹਬ ਨਾਲ ਤਲਕ ਹੈ, ਜਿਸ ਮਜ਼ਹਬ ਨਾਲ ਹੀ ਤਲਕ ਹੈ, ਇਤਨਾ ਬੋਲੀ ਜੋ ਨਾਲ ਮੋਮਿਨ ਤੇਰਾ ਗਵਾਹ ਬਣ ਜਾਵੇ, ਸਕੂਲ 'ਚੋਂ ਬਾਹਰ ਹੈ, ਦਰਸ 'ਚੋਂ ਬਾਹਰ ਹੈ, ਇੱਕ ਸ਼ਾਗਿਰਦ ਬੱਚਾ ਅੱਗੇ ਵਧਿਆ, ਕੋਲਾ ਕਹਿੰਦਾ ਉਸਤਾਦ ਜੀ, ਉਸਤਾਦ ਜੀ ਗੱਲ ਸੁਣੋ, ਇੱਕ ਅੱਜ ਕਿਤਾਬ ਚੱਲ, ਕਿਤਾਬ ਉਲਮਾ ਦਾ ਅਸਲਾ ਹੁੰਦਾ ਹੈ, ਕਿਤਾਬ ਉਲਮਾ ਦਾ ਅਸਲਾ ਹੁੰਦਾ ਹੈ, ਉਹ ਆਮ ਮਾਲਵੀ ਨਹੀਂ, ਉਹ ਆਮ ਮਾਲਵੀ ਨਹੀਂ, ਈਸਾਈ ਮਜ਼ਹਬ ਦਾ ਬਹੁਤ ਬੜਾ ਮਾਲਵੀ ਹੈ, ਬਹੁਤ ਜੈਦ ਮਾਲਵੀ ਹੈ, ਇੱਕ ਅੱਜ ਕਿਤਾਬ ਚੱਲ, ਕੋਈ ਹਵਾਲਾ ਦੇਣਾ ਪੈ ਗਿਆ ਤਾਂ ਵੱਧ ਕਿਆ ਕਰੇ ਸੋ, ਇੰਨੇ ਕਰਕੇ ਸ਼ਾਗਿਰਦ ਨੂੰ ਜਨਕ ਦੇ ਕਹਿੰਦੇ ਚੁੱਪ ਕਰ, ਤੈਨੂੰ ਪਤਾ ਹੀ ਨਹੀਂ ਜ਼ੁਬਾਨ ਮੇਰੀ ਹਿਲਣੀ ਹੈ, ਬੋਲੇ ਸੱਚਾ ਦਾ ਹੱਥ ਕਾਹ ਦੇ ਚਾ ਸਕਦੇ ਹੋ ਤੁਸੀਂ ਯਾਰ, ਜ਼ੁਬਾਨ ਮੇਰੀ ਹਿਲਣੀ, ਬੋਲੇ ਸੱਚਾ ਦਾ, ਕੰਨ ਮੇਰੀ ਹੋ ਸੀ, ਹੱਥ ਚਾਹਦਾ ਦਾ ਹੋ ਸੀ, ਜਾਣ ਤਾਂ ਦੇ, ਜ਼ੁਬਾਨ ਮੇਰੀ ਹਿਲ ਸੀ, ਬੋਲੇ ਸਣ 14, ਕੰਨ ਮੇਰੀ ਹੋ ਸੀ, ਹੱਥ 14 ਦਾ ਹੋ ਸੀ। ਹੁਣ ਸ਼ਾਗਿਰਦ ਦੇ ਪਾਸੇ ਟੇਕ ਕੇ ਦਿਨ, ਮੈਨੂੰ ਉਸ ਦਰਬਾਰ ਵਿੱਚ ਜਾਣ ਦੇ, ਕੌਸਰ ਜੁਮਲਾ ਸੁਣੀ, ਜਾਣ ਦੇ ਇੱਕ ਮਿੰਟ 'ਚ, ਇੱਕ ਮਿੰਟ 'ਚ ਉਸ ਈਸਾਈ ਕੋਲੋਂ ਉਸਦਾ ਮਜ਼ਹਬ ਨਾ ਛੁਡਾਇਆ, ਮੈਨੂੰ ਮਾਂ ਨਾ ਦੇ ਅਲੀ ਪੜ੍ਹ ਕੇ ਦੁੱਧ ਪਿਲਾਇਆ, ਕਿਉਂ ਹੈ, ਮੈਨੂੰ ਜਾਣ ਤਾਂ ਦੇ। ਲਓ ਪਹੁੰਚ ਗਏ, ਇਸ ਤੋਂ ਜਲਦੀ ਮੈਂ ਨਹੀਂ ਕਰ ਸਕਦਾ, ਪਹੁੰਚ ਗਏ ਕਿੱਥੇ, ਸ਼ਾਹ ਅਬਾਸ ਦੇ ਦਰਬਾਰ 'ਚ, ਖਬਰ ਮਿਲ ਗਈ ਸ਼ਾਹ ਅਬਾਸ ਨੂੰ, ਮੋਹਸਨ ਫੈਜ਼ ਆ ਗਿਆ ਹੀ ਨੇ, ਜਲਦੀ ਦੇ ਨਾਲ ਆਦਾ ਰੁਕੋ, ਮੈਂ ਇਹ ਮਿੰਬਰ 'ਤੇ ਹੱਥੇ, ਇਸ ਤੋਂ ਵੱਡਾ ਮੇਰੇ ਕੋਲ ਯਕੀਨ ਕੋਈ ਨਹੀਂ, ਗਾਜ਼ੀ ਦੀ ਕਸਮ, ਪਤਾ ਨਹੀਂ ਕਿਤਨੇ ਜਨੋ ਮਰਦ ਇਕੱਠੇ ਹਨ,
ਰੌਲਾ ਪਿਆ ਜੀ, ਅੱਗੇ ਦੂਸਰੇ ਮੌਲਵੀ ਆਏ ਹਨ, ਰੌਲਾ ਪਿਆ ਜੀ, ਸ਼ੀਆਂ ਦਾ ਮੌਲਵੀ ਪਿਆ ਆਉਂਦਾ ਹੈ, ਸ਼ੀਆਂ ਦਾ ਵੇਖੋ ਅੱਜ ਕੀ ਕਰਦਾ ਹੈ। ਮੌਜੂ ਏ ਕਰਬਲਾ, ਜ਼ਾਹਰਨ ਜ਼ਮੀਨ, ਬਾਤਨਨ ਜੰਨਤ, ਵੇਖਣ 'ਚ ਮਿੱਟੀ, ਹਕੀਕਤ 'ਚ ਖਾਕੇ ਸ਼ਿਫਾ। ਜਦੋਂ ਪਤਾ ਲੱਗਾ ਨਾ ਸ਼ੀਆਂ ਦਾ ਮੌਲਵੀ ਆ ਗਿਆ, ਸਰਕਾਰ ਗਏ ਜਲਦੀ ਦੇ ਨਾਲ, ਕੌਣ? ਸ਼ਾਹ ਅਬਾਸ। ਸਰਕਾਰ ਬੜੀ ਮਿਹਰਬਾਨੀ, ਸ਼ੁਕਰੀਆ, ਤੁਸੀਂ ਆ ਗਏ। ਇਹ ਸਾਨੂੰ ਜਿਹੜਾ ਈਸਾਈ ਮਜ਼ਹਬ ਦਾ ਮੌਲਵੀ ਹੈ, ਇਹ ਖਾਂਦਾ ਹੈ, ਤੁਸੀਂ ਆਓ, ਆ ਕੇ ਦੱਸੋ ਮਜ਼ਹਬ ਈਸਾਈ ਝੂਠਾ ਹੈ, ਮਜ਼ਹਬ ਇਸਲਾਮ ਸੱਚਾ ਹੈ। ਲੱਥੇ ਸਰਕਾਰ ਮੋਹਸਨ ਫੈਜ਼ 'ਤੇ, ਕੁਰਸੀ 'ਤੇ ਬੈਠਾ ਹੀ, ਮੇਰੇ ਵਾਲੇ ਪਾਸੇ ਵੇਖ, ਮੇਰੇ ਬਾਅਦ ਕੋਈ ਪੜ ਸੀ, ਇਹ ਏਡਾ ਵੱਡਾ ਮੌਲਵੀ ਬੈਠਾ ਹੋਇਆ ਕੁਰਸੀ 'ਤੇ। ਸਰਕਾਰ ਮੋਹਸਨ ਫੈਜ਼ ਬੜੇ ਆਰਾਮ ਨਾਲ ਜਾ ਕੇ ਆਖਿਆ, ਜੀ ਈਸਾਈ ਮਜ਼ਹਬ ਦੇ ਆਲਮ ਤੁਸਾਂ? ਉਸ ਆਖਿਆ, ਜੀ ਜੀ ਮੈਂ ਹਾਂ। ਇਹ ਮੈਨੂੰ ਪਤਾ ਲੱਗਾ ਹੈ ਤੁਹਾਨੂੰ, ਤੂੰ ਤੁਹਾਡੇ ਕੋਲੋਂ ਜਿਹੜੀ ਗੱਲ ਪੁੱਛੋ ਉਹ ਦੱਸ ਦਿੰਦੇ ਹੋ। ਆਖਦਾ, ਜੀ ਮੈਂ ਦੱਸ ਤਾਂ ਦੇਣਾ, ਲੇਕਿਨ ਪਹਿਲੇ ਜਿਹੜੇ ਆਏ ਨਾ ਉਹਨਾਂ ਦੇ ਚਿਹਰੇ 'ਤੇ ਇਤਮਾਦ ਕੋਈ ਨਹੀਂ। ਤੁਸੀਂ ਮੈਨੂੰ ਦੱਸੋ, ਆਪਣਾ ਤਾਰਫ ਕਰਵਾਓ, ਜਿਹੜਾ ਤੁਹਾਡੇ ਤੇਰੇ ਚਿਹਰੇ 'ਤੇ ਮੈਂ ਇਤਮਾਦ ਡਿੱਠਾ ਹੈ, ਉਹ ਪਹਿਲੇ ਕਿਸੇ ਦੇ ਨਹੀਂ ਡਿੱਠਾ। ਸਰਕਾਰ ਆਖਿਆ, ਲੰਬੀ ਚੌੜੀ ਗੁਫ਼ਤਗੂ ਨਹੀਂ, ਮੈਂ ਹਕੀਰ ਦਾ ਨਾਂ ਹੈ ਮੋਹਸਨ ਫੈਜ਼, ਆਖਦਾ, ਜੀ ਮੈਂ ਪੁੱਛ ਸਕਦਾ ਤੁਹਾਡੇ ਮਜ਼ਹਬ ਦੇ ਬਾਨੀ ਕਿਤਨੇ ਆਏ ਹੋ? ਮੈਂ ਸਦਕੇ, ਆਖਦਾ, ਜੀ ਮੈਂ ਪੁੱਛ ਸਕਦਾ ਤੁਹਾਡੇ ਮਜ਼ਹਬ ਦੇ ਬਾਨੀ ਕਿਤਨੇ? ਸਰਕਾਰ ਫਰਮਾਇਆ, ਇੱਕ ਨਹੀਂ, ਦੋ ਨਹੀਂ, ਤਰੇ ਨਹੀਂ, 14। ਇੱਕ ਨਹੀਂ, ਦੋ ਨਹੀਂ, ਤਰੇ ਨਹੀਂ, 14। ਉਸ ਆਖਿਆ, ਹੈ ਇੱਕ ਨਹੀਂ, ਦੋ ਨਹੀਂ, ਤਰੇ ਨਹੀਂ, 14। ਜਿਹੜੇ ਪਹਿਲੇ ਮੌਲਵੀ ਆਏ ਉਹਨਾਂ ਦਾ ਪਹਿਲਾ ਦੂਜੇ ਨਾਲ ਨਹੀਂ ਮਿਲਦਾ, ਦੂਜਾ ਤੀਜੇ ਨਾਲ ਨਹੀਂ ਮਿਲਦਾ, ਤੁਹਾਡੇ 14। ਸਰਕਾਰ ਆਖਿਆ, ਲੰਬੀ ਚੌੜੀ ਨਹੀਂ, ਮੈਂ ਇਤਨਾ ਜਾਣਦਾ, ਜਿੱਥੋਂ ਸਾਡਾ ਪਹਿਲਾ ਹੈ ਉੱਥੋਂ ਦੂਜਾ ਹੈ, ਜਿੱਥੋਂ ਦੂਜਾ ਹੈ ਉੱਥੋਂ ਤੀਸਰਾ ਹੈ, ਜਿੱਥੋਂ ਤੀਸਰਾ ਹੈ ਉੱਥੋਂ 14। 14 ਦਾ ਕੌਲ ਇੱਕੇ, ਆਗਾਜ਼ ਇੱਕੇ, ਅੰਜਾਮ ਇੱਕੇ, ਕੌਲ ਇੱਕੇ, ਕਰਾਰ ਇੱਕੇ। ਉਸ ਆਖਿਆ, ਸਰਕਾਰ ਆਖਿਆ, ਤਾਰਫ ਹੋ ਗਿਆ, ਮੌਜੂ ਕੀ ਹੈ? ਕਰਬਲਾ, ਜ਼ਾਹਰਨ ਜ਼ਮੀਨ, ਬਾਤਨਨ ਜੰਨਤ, ਵੇਖਣ 'ਚ ਮਿੱਟੀ, ਹਕੀਕਤ 'ਚ ਖਾਕੇ ਸ਼ਿਫਾ। ਸਰਕਾਰ ਆਖਿਆ, ਤਾਰਫ ਹੋ ਗਿਆ ਹੀ ਅਤੇ ਮੈਂ ਕੋਈ ਗੱਲ ਪੁੱਛਾਂ? ਵੇਖੋ ਮੇਰੇ ਵਾਲੇ ਪਾਸੇ, ਜਿੰਨਾ ਸਾਰੀ ਗੱਲ ਸੁਣੀ ਹੋਈ ਹੈ, ਮੈਂ ਬਿਲਕੁਲ ਮਜ਼ਮੂਨ ਸਮੇਟ ਲਿਆ, ਨਤੀਜਾ ਦੇਣ ਲੱਗਿਆ। ਸਰਕਾਰ ਆਖਿਆ, ਤਾਰਫ ਹੋ ਗਿਆ ਹੀ ਤਾਂ ਮੈਂ ਕੋਈ ਗੱਲ ਪੁੱਛਾਂ? ਮੌਜੂ ਹੈ ਕਰਬਲਾ, ਜ਼ਾਹਰਨ ਜ਼ਮੀਨ, ਬਾਤਨਨ ਜੰਨਤ, ਵੇਖਣ 'ਚ ਮਿੱਟੀ, ਹਕੀਕਤ 'ਚ ਖਾਕੇ ਸ਼ਿਫਾ। ਸਰਕਾਰ ਆਖਿਆ, ਮੈਂ ਕੋਈ ਗੱਲ ਪੁੱਛਾਂ? ਆਖਦਾ, ਜੀ ਪੁੱਛੋ। ਸਰਕਾਰ
ਮੁੱਠੀ ਇੰਜ ਬੰਦ ਆਈ। ਸਰਕਾਰਾਂ ਕਿਹਾ ਇੰਜ ਨਹੀਂ। ਆਦਾ ਜੀ ਮੈਨੂੰ ਸਮਝ ਨਹੀਂ ਆਉਂਦੀ ਚੀਜ਼ ਜੰਨਤ ਦੀ ਮਰਨ ਤੋਂ ਪਹਿਲੇ ਤੁਹਾਡੇ ਹੱਥੇ ਕਿਵੇਂ ਆ ਗਈ। ਸਰਕਾਰ ਕਿਹਾ ਇੰਝ ਨਹੀਂ, ਇਸ ਦਿਨੋਂ ਮਰਦ ਇਕੱਠੇ ਨਹੀਂ ਸ਼ਾਮੀ ਆਉਣੇ ਲੱਗੇ ਹੋਏ ਨੇ, ਪਤਾ ਨਹੀਂ ਕਿੱਥੋਂ ਕਿੱਥੋਂ ਦੀ ਮਖਲੂਕ ਹੈ, ਬੋਲ ਕੇ ਦੱਸ ਕਿਹੜੀ ਸ਼ਾਇ ਮੇਰੀ ਮੁੱਠੀ। ਉਸ ਆਖਿਆ ਜੀ ਮੈਂ ਹਰ ਗਿਆ। ਹਾਏ, ਉਸ ਆਖਿਆ ਮੈਂ ਹਰ ਗਿਆ। ਸਰਕਾਰ ਆਖਿਆ ਜਿਹੜੇ ਪਹਿਲੇ ਮੌਲਵੀ ਆਏ ਨੇ ਉਹਨਾਂ ਨੂੰ ਅੱਖੀ ਕੱਢਦਾ ਆਵੇ, ਹੁਣ ਹਰ ਗਿਆ। ਉੱਚੀ ਬੋਲ। ਉਸ ਆਖਿਆ ਜੀ ਮੈਂ ਹਰ ਗਿਆ। ਸਰਕਾਰ ਆਖਿਆ ਸਾਰਿਆਂ ਤੱਕ ਆਵਾਜ਼ ਨਹੀਂ ਗਈ, ਉੱਚੀ ਬੋਲ ਕੇ ਦੱਸ। ਉਸ ਆਖਿਆ ਮੈਂ ਹਰ ਗਿਆ। ਚਿਹਰੇ ਤੇ ਜਲਾਲ ਆਇਆ, ਮੁਖ ਫੈਲਦੇ, ਇਸ ਪਾਸੇ ਮੇਰੇ ਪਾਸੇ ਵੇਖੋ ਭਾਈ, ਤੈਨੂੰ ਸਰਕਾਰ ਹੁਸੈਨ ਦਾ ਫਜ਼ਾਇਲ ਨਾ ਬੱਚੇ, ਉਹ ਦਰਵਾਜ਼ਾ ਖੁੱਲ੍ਹਾ ਹੀ ਲੱਗਾ ਜਾਵੇ। ਸਰਕਾਰ ਹੁਸੈਨ ਦਾ ਫਜ਼ਾਇਲ ਗੌਰ ਨਾਲ ਸੁਣਨਾ, ਮੁਖ ਫੈਲ ਇਸ ਦੀ ਅੱਖ ਚੱਕ ਪਾ ਕੇ ਮੈਨੂੰ ਓਏ ਯਾਦ ਰੱਖ। ਅਗਰ ਚੌਦਾਂ ਦੀ ਵਿਲਾਇਤ ਦਾ ਇਕਰਾਰ, ਅਗਰ ਤੇਰਾ ਈਸਾ ਨਬੀ ਨਜ਼ਰ ਦਾ ਤੇ ਉਹ ਨਬੀ ਨਹੀਂ ਹੋਣਾ। ਸਰਕਾਰ ਆਖਿਆ ਯਾਦ ਰੱਖੀ ਜੰਨਤ ਦੀ ਇੱਕ ਬਰਾਂਚ, ਜੰਨਤ ਦੀ ਇੱਕ ਬਰਾਂਚ, ਉਹ ਬਰਾਂਚ ਦੇ ਸਰਦਾਰ ਦਾ ਨਾਂ ਹੁਸੈਨ ਹੈ, ਉਸ ਦੀ ਮਿੱਟੀ ਮੇਰੇ ਹੱਥ 'ਚ। ਮੌਜੂ ਕੇ ਆਈ ਕਰਬਲਾ, ਜ਼ਾਹਰਨ ਜ਼ਮੀਨ ਬਤਨਨ ਜੰਨਤ, ਵਿਖਣ 'ਚ ਮਿੱਟੀ ਹਕੀਕਤ 'ਚ ਖਾ ਕੇ ਸ਼ਿਫਾ। ਜਿਹੜੀ ਜ਼ਮੀਨ ਦੋਵਾਂ ਭੇਣ ਬਿਰਾਵਾਂ ਮੁੱਲ ਲਈ ਆਈ ਨਾ, ਉਸੇ ਜ਼ਮੀਨ 'ਚ ਬਿਰਾ ਦਾ ਕਫਨ ਕੋਈ ਨਹੀਂ, ਭੇਣ ਦੀ ਚਾਦਰ ਕੋਈ ਨਹੀਂ। ਉਹ ਮੈਂ ਧੀਆਂ ਦੇ ਪਰਦੇ ਕੁਰਬਾਨ ਕਰ ਦੇਵਾਂ, ਉਸੇ ਜਾਗੀਰ 'ਚ ਹੁਸੈਨ ਦੀ ਸਾਡੇ 3 ਸਾਲ ਦੀ ਧੀ ਨੂੰ ਤਮਾਚੇ ਮਾਰੇ। ਹਾਂਜੀ ਵਾਸੇ 'ਚ ਨਹੀਂ, ਹਾਏ ਤੁਹਾਡੇ ਵਾਸੇ 'ਚ। ਲੈ ਤੁਹਾਡੇ 'ਤੇ ਦੋ ਸਵਾਲ ਕੌਸਰ ਬਾਸ ਨੇ, ਅਤੇ ਦੋ ਸਵਾਲ ਕਰਦਾ, ਦੋ ਸਵਾਲਾਂ ਦਾ ਜਵਾਬ ਦੇਵਣ 'ਤੇ ਵਹਿਣ ਕਰਾਂ, ਮੈਂਬਰ ਛੋੜਾਂ। ਸਵਾਲ ਹੈ ਮੇਰਾ, ਜਵਾਬ ਤੁਸੀਂ ਦੱਸੋ, ਕਰਬਲਾ 'ਚ ਹੁਸੈਨ ਦੀ ਧੀ ਦੀ ਕਿਤਨੀ ਉਮਰ ਹੈ? ਤੁਸੀਂ ਹਾਏ ਕਰਸੋ ਅਤੇ ਜਵਾਬ ਮੈਨੂੰ ਮਿਲ ਵੇ ਸੀ, ਕਿਤਨੀ ਉਮਰ? 3.5 ਜਾਂ 4 ਸਾਲ। ਲੈ ਮੈਂ ਹੁਣ ਦੂਸਰਾ ਜੁਮਲਾ ਆਖਣ ਲੱਗਾ, ਕਰਬਲਾ ਤੋਂ ਲੈ ਕੇ ਹਸਨੈਨ ਜਿਵੇਂ ਸਫ਼ਰ ਬਣਦਾ ਹੈ, ਕਰਬਲਾ ਤੋਂ ਲੈ ਕੇ ਸ਼ਾਮ ਤੱਕ ਦਾ ਸਫ਼ਰ ਬਣਦਾ ਹੈ 1600 ਮੀਲ। ਮਾਤਮੀ ਨਾਲ ਮੇਰੀ ਗੱਲ ਹੈ, ਕਿਤਨਾ ਸਫ਼ਰ? 1600 ਮੀਲ। ਹਾਈ ਤਾਂ 3.5 ਜਾਂ 4 ਸਾਲ ਦੀ ਕੋਈ ਦੋਤਰੀਆਂ ਲਾ ਬੈਠਾ ਸੀ, ਕੋਈ ਪੋਤਰੀਆਂ ਲਾ ਬੈਠਾ ਸੀ, ਕੋਈ ਧੀਆਂ ਲਾ ਬੈਠਾ ਸੀ। ਇਤਨੀ ਹਾਏ ਕਰੇ ਜਿੰਨਾ ਲਾਲਾ ਮੋਮਿਨ ਤੇਰਾ ਗਵਾਹ ਬਣ ਜਾਵੇ, ਗਾਜ਼ੀ ਦੇ ਕੱਟੇ ਬਾਜ਼ੂਆਂ ਦੀ ਕਸਮ ਹੈ, ਇਸ 1600 ਮੀਲ ਦੇ ਸਫ਼ਰ ਦੇ ਵਿੱਚ ਕਿੱਥੇ ਹੀ ਮਾਸੂਮਾ ਨਹੀਂ ਆਖਿਆ, ਸੱਚਾਤ ਮੈਨੂੰ ਤਰਸ ਲੱਗੀ ਹੈ ਪਾਣੀ ਪੀਵਾ। ਸ਼ਾਬਾਸ਼ 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 ਸ਼ਾਬਾਸ਼। ਮਜਲਿਸ ਏ ਕਰਬਲਾ ਏ, ਬੜੀ ਰੂਹਾਨੀਅਤ ਵਾਲੀ ਮਜਲਿਸ, ਕਿੱਥੇ ਮਾਸੂਮਾਂ ਨਹੀਂ ਆਖਿਆ, ਸੱਜਾਦ ਮੈਨੂੰ ਭੁੱਖ ਲੱਗੀ ਹੈ, ਖਾਣਾ ਖਵਾ। ਹਾਈ ਤਾਂ ਯਾਰ 3.5 ਬੱਚੀ ਆਈ ਨਾ, ਹਾਈ ਤਾਂ 3.5 ਜਾਂ 4 ਸਾਲ ਦੀ। ਚਲੋ ਦੂਸਰਾ ਸਵਾਲ ਕਰਦਾ ਅਤੇ ਵਹਿਣ ਕਰਦਾ, ਦੱਸੋ ਮੈਨੂੰ ਸ਼ਾਮ 'ਚ ਹੁਸੈਨ ਦੀ ਧੀ ਦਾ ਬਿਸਤਰ ਕਿਹੜਾ ਆਈ? ਤੁਹਾਡੀ ਹਾਏ ਨਹੀਂ ਨਿਕਲੀ, ਹਾਈ 3.5 ਜਾਂ 4 ਸਾਲ ਦੀ ਮਾਸੂਮਾਂ, ਵੇਖਣਾ ਜਿਨ੍ਹਾਂ ਨੂੰ ਨਹੀਂ ਬੋਲ ਸਕੇ, ਜਿਨ੍ਹਾਂ ਦੀ ਨਹੀਂ ਹਾਏ ਨਿਕਲੀ, ਇਹ ਇਸ਼ਾਰਾ ਕਰ ਸਾ ਉਹਨਾਂ ਦੀ ਹਾਏ ਨਿਕਲ ਜਾ ਸੀ। ਸੁੰਦੀ ਮਿੱਟੀ 'ਤੇ ਆਈ ਅਤੇ ਸਰਾਣਾ ਪੱਥਰ ਦਾ ਜਿਹੜਾ ਸ਼ਾਮੀਆਂ ਸਰ ਦਿੱਤਾ ਨਾ ਚਿੱਠੀ ਦਾੜੀ ਵਾਲੇ ਬਜ਼ੁਰਗੋ, ਇਹ ਖੁਦ ਨਹੀਂ ਦਿੱਤਾ, ਮਰਜ਼ੀ ਨਾਲ ਨਹੀਂ ਦਿੱਤਾ, ਮਾਸੂਮਾ ਅੱਲਾ ਨੂੰ ਵਾਸਤਾ ਦਿੱਤਾ ਹੈ, ਕਹਿੰਦਾ ਵਾਸਤਾ। ਜਿਸ ਬੰਦੇ ਦੀ ਮੁਸ਼ਕਲ ਹੱਲ ਨਾ ਹੁੰਦੀ ਪਈ ਹੋਵੇ, ਦੂਸਰਾ ਅਮਲ ਦੇ ਕੇ ਜਾ ਰਿਹਾ,
ਐ ਅਮਲ ਕਰੇ। ਮੈਨੂੰ ਗਾਜ਼ੀ ਦੀ ਕਸਮ ਅੱਲਾ ਉਸਦੀ ਮੁਸ਼ਕਲ ਹੱਲ ਕਰਦੇ ਸੀ। ਇਹ ਇੰਝ ਗੱਲ 'ਚ ਕੱਪੜਾ ਪਾਵਣਾ ਇੰਝ, ਅਤੇ ਗਾਜ਼ੀ ਦੇ ਅਲਮ ਤੱਲੇ ਜਾ ਕੇ ਮਾਸੂਮਾਂ ਦੇ ਨਾਂ ਦਾ ਵਾਸਤਾ ਦੇਣਾ। ਜਦੋਂ ਮਾਸੂਮਾਂ ਜਿਹੜਾ ਵਾਸਤਾ ਦਿੱਤਾ ਨਾ ਅੱਲਾ ਨੂੰ, ਉਹ ਵਾਸਤਾ ਦੱਸ ਕੇ ਦੋ ਲਫ਼ਜ਼ ਨੇ ਜ਼ਿਆਦਾ ਤੋਂ ਜ਼ਿਆਦਾ ਯਾਦ ਕਰ ਲਓ। ਮਾਸੂਮਾਂ ਅੱਲਾ ਨੂੰ ਚਿੱਟੀ ਦਾੜੀ ਵਾਲੇ ਬਜ਼ੁਰਗੋ ਵਾਸਤਾ ਦਿੱਤਾ ਹੈ, ਜਿੱਥੇ ਸੁਣਦੀ ਆਈ ਨਾ ਇਕੱਲੀ ਜ਼ਿੰਦਾਨ 'ਚ ਸਾਢੇ 3 ਸਾਲ ਦੀ ਬੱਚੀ ਆਪਣੀ ਜਗ੍ਹਾ ਛੋੜ ਕੇ ਇੰਝ ਜ਼ਿੰਦਾਨ ਦੇ ਦਰਵਾਜ਼ੇ 'ਤੇ ਆ ਕੇ ਖੜ ਗਈ, ਇੰਝ ਨਿੱਕੇ ਨਿੱਕੇ ਹੱਥ ਬੱਧੇ, ਅੱਲਾਹੁਮਾ ਬੇਹੱਕੇ ਜੱਦਾਤੀ ਅੱਲਾ, ਦਾਦੀ ਦੇ ਜ਼ਖਮੀ ਪਾਸੇ ਦਾ ਵਾਸਤਾ ਹੀ ਬਾਬਾ ਮਿਲਾ। ਸ਼ਾਬਾਸ਼ 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 ਬਈ, ਜਿਹਨਾਂ ਹਾਏ ਕੀਤੀ ਹੈ ਤੁਹਾਡੇ ਘਰ ਵਸਣ ਯਾਰ, ਅੱਲਾ ਦਾਦੀ ਦੇ ਜ਼ਖਮੀ ਪਾਸੇ ਦਾ ਵਾਸਤਾ ਹੀ ਬਾਬਾ ਮਿਲਾ, ਸੁੱਤੀ ਖਾਬ ਵਿੱਚ ਬਾਬਾ ਮਿਲਾ, ਅਬਰੂ ਕੱਟੇ ਹੋਏ, ਦਾੜੀ 'ਤੇ ਅਕਬਰ 'ਤੇ ਅਸਗਰ ਦਾ ਖੂਨ ਲੱਗਾ ਹੋਇਆ, ਜਿਹਨਾਂ ਦੀ ਹਾਏ ਨਹੀਂ ਨਿਕਲੀ ਇੰਝ ਜਿੱਦਾਂ ਕੁਰਾਨ ਦੀ ਜਿਲਦ ਫੱਟੀ ਹੋਈ। ਅੰਮਾ ਤੀਆਂ ਜਵਾਨੋ, ਜਦੋਂ ਮਾਸੂਮਾਂ ਦੇ, ਜਦੋਂ ਤੁਸੀਂ ਜਾਣਦੇ ਹੋ ਛੋਟੇ ਬੱਚਿਆਂ ਨੂੰ ਪਿਆਰ ਦੇ ਰਿਸ਼ਤੇ ਮਿਲਣ ਨਾ, ਸੁੱਤੇ ਪਏ ਹੋਣ ਅਤੇ ਬੱਚਿਆਂ ਦੇ ਦੁੱਖ ਵੱਧ ਜਾਂਦੇ ਨੇ, ਅਤੇ ਮਾਸੂਮਾਂ ਦੇ ਦੁੱਖ ਵਧਣ ਨਾ ਅਤੇ ਰੁੰਨੀਏ ਅਤੇ ਵੈਣ ਕਰਕੇ ਦੀਏ, ਆਓ ਮੇਰਾ ਕਿਸੇ ਨੂੰ ਕੁਝ ਨਾ ਆਖਣ ਵਾਲਾ ਬਾਬਾ, ਆਓ ਜਬਰੀਲ ਦੇ ਪਰਾਂ 'ਤੇ ਸੰਮਨ ਵਾਲਾ ਬਾਬਾ। ਸੱਜਾਦ ਬਾਦਸ਼ਾਹ ਦੌੜ ਕੇ ਕੋਲ ਆ ਗਏ, ਮਾਸੂਮਾਂ ਕੀ ਹੋਇਆ? ਬੀਬੀ ਅਦੀਏ, ਸੱਜਾਦ ਪੂਰਾ ਸਾਲ ਹੋ ਗਿਆ ਆਦੀ ਰਹੀਆਂ, ਬਾਬਾ ਮਿਲਾ, ਇੰਨਾ ਸਰ ਨਹੀਂ ਦਿੱਤਾ, ਮੈਂ ਅੱਲਾ ਨੂੰ ਵਾਸਤਾ ਦੇ ਛੋੜੇ। ਮਾਸੂਮਾਂ ਕਹਿੰਦਾ ਵਾਸਤਾ, ਸੱਜਾਦ ਮੈਂ ਦਾਦੀ ਦਾ ਵਾਸਤਾ ਦਿੱਤਾ। ਅੱਛਾ ਅਤੇ ਸੱਜਾਦ ਤੈਨੂੰ ਕੀ ਦੱਸਾਂ, ਮੇਰਾ ਬਾਬਾ ਮੈਨੂੰ ਮਿਲਣ ਆਇਆ ਜੀ। ਸੱਜਾਦ ਮੇਰੇ ਬਾਬੇ ਦੇ ਅਬਰੂ ਕੱਟੇ ਹਨ, ਮੇਰੇ ਬਾਬੇ ਦੀ ਦਾੜੀ 'ਤੇ ਦੋਵਾਂ ਵੀਰਾਂ ਦਾ ਖੂਨ ਹੀ ਲੱਗਾ ਹੋਇਆ ਜੀ, ਅਤੇ ਸੱਜਾਦ ਤੈਨੂੰ ਕੀ ਦੱਸਾਂ, ਮੇਰੇ ਬਾਬੇ ਦੀ ਜਿਲਦ ਵੀ ਫੱਟੀ ਹੋਈ ਆਈ। ਕਿਹੜਾ ਸ਼ੀਆ ਹੈ ਜਿਹੜਾ ਇਸ ਜੁਮਲੇ 'ਤੇ ਹਾਏ ਨਾ ਕਰੇ? ਢਾਹ ਨਿਕਲੀ ਹੈ ਸੱਜਾਦ ਦੀ, ਰੱਤ ਵੱਧੀ ਹੋਈ, ਬੇਣ ਦੀਆਂ ਚੋਟੀਆਂ ਚੁੰਮ ਕੇ ਦੇ, ਮੈਂ ਤੇਰੀ ਯਤੀਮੀ ਤੇ ਰੋਨਾ, ਤੂੰ ਮੇਰੀ ਗਰੀਬੀ ਤੇ ਰੋ। ਥੋੜ੍ਹੀ ਜਿਹੀ ਇੱਕੋ ਘੱਟ ਰੱਖੀ, ਮੈਂ ਤੇਰੀ ਯਤੀਮੀ ਤੇ ਰੋਨਾ, ਤੂੰ ਮੇਰੀ ਗਰੀਬੀ ਤੇ ਰੋ। ਮੈਂ ਤਾਂ ਇੰਝ ਪੜਦਾ ਹੁੰਦਾ, ਦੋਵੇਂ ਬੇਣ ਬਿਰਾ ਰੁੰਨੇ, ਦੋਵਾਂ ਬੇਣ ਬਿਰਾ ਦੀਆਂ ਵੈਣਾ, ਕੁਰਾਨ ਨਾਤਿਕ ਦੀਆਂ ਬੇਖਿਲਾਫ ਤਫਸੀਰਾਂ ਨੂੰ ਉੱਠਣ 'ਤੇ ਮਜਬੂਰ ਕਰ ਦਿੱਤਾ। ਹੋਏ ਸਲਾਕਿਆ ਲਿਓ, ਰੰਦੀਰਾ ਲਿਓ, ਅਲੀ ਦੀਆਂ ਧੀਆਂ ਉੱਠੀਆਂ, ਇੰਝ ਸੰਗਲੇ ਮੌਤ ਦੇ ਬੱਧੇ ਹੋਏ, ਕੌਸਰ ਇੰਝ ਕਰਕੇ ਸੰਗਲੇ ਮੌਤ ਦੇ ਬੱਧੇ ਹੋਏ। ਸਭ ਤੋਂ ਪਹਿਲੇ ਆਲੀਆ ਅੱਗੇ ਵਧੇ, ਮਾਸੂਮਾਂ ਆ ਮੈਂ ਚਾਹਵਾਂ, ਕਿਸੇ ਕੋਲ ਨਹੀਂ ਗਈ। ਸੱਜਾਦ ਦੇ ਗੱਲ 'ਚ ਇੰਝ ਕਰਕੇ ਬਾਈ ਪਾਈਆਂ ਹੋਈਆਂ, ਅਤੇ ਵੈਣ ਹਿੱਕਾ, ਸੱਜਾਦ ਜੇ ਤਾਈਂ ਮੈਨੂੰ ਬਾਬੇ ਦਾ ਸਰ ਨਾ ਮਿਲਾ, ਇਤਨਾ ਰੋਸਾਂ ਜੋ ਸ਼ਾਮ ਬਰਬਾਦ ਹੋ ਜਾਸੀ। ਸ਼ੀਆ ਸੁਣੀਓ, ਗਾਜ਼ੀ ਦੇ ਕੱਟੇ ਬਾਜ਼ੂਆਂ ਦੀ ਕਸਮੇ, ਸਵਾਲ ਕਰੋ ਰਜ਼ਾਬਾਸ, ਹੁਣ ਤਾਂ ਸੱਜਾਦ ਦੇ ਗੱਲ 'ਚ ਬਾਈਆਂ, ਕੁੱਤੇ ਦੇ ਦਰਬਾਰ 'ਚ ਹੁਸੈਨ ਦੇ ਸਰ ਦੀ ਕਿਹੜੀ ਹਾਲਤ ਆਈ? ਤਾਇਰ ਬਿਨ ਅਬਦੁੱਲਾ ਸਿਪਾਹੀਏ, ਜਿਹੜਾ ਹੁਸੈਨ ਦੇ ਸਰਦ, ਖਤਮ ਹੋ ਗਈ ਮੇਰੀ ਪੜ੍ਹਾਈ, ਇੱਕ ਜਾਂ ਦੋ ਮਿੰਟ ਜ਼ਿਆਦਾ ਤੋਂ ਜ਼ਿਆਦਾ, ਜਿਹੜਾ ਹੁਸੈਨ ਦੇ ਸਰ ਦਾ ਪਹਾਰਾ ਦਿੰਦਾ ਹੈ। ਤਾਇਰਾ ਦਾ ਯਾਦਰਾਓ ਦਵੇ ਲਾਹਾ, ਕਿਆਮਤ ਦਾ ਮੰਜ਼ਰਾ, ਜਦੋਂ ਮਾਸੂਮਾਂ ਦੇ ਵੈਣ ਵਧਣ ਨਾ, ਹੁਸੈਨ ਦੇ ਸਾਰਾ ਹੀ ਸੰਦੂਕ 'ਚ ਬੰਦ, ਉਹ ਤਾਲਾ ਤਰੁੱਟਾ ਹੈ, ਦਰਵਾਜ਼ਾ ਖੁੱਲ੍ਹਾ ਹੈ, ਹੁਸੈਨ ਦੇ ਸਰ ਪਰਵਾਜ਼ ਕੀਤੀ ਹੈ, ਛੱਤ ਨਾਲ ਵੰਜ ਕੇ ਹੁਸੈਨ ਦਾ ਸਰ ਰੁਕਾ ਹੈ। ਕਿਹੜਾ ਸ਼ੀਆ ਜਿਹੜਾ ਇਸ ਜੁਮਲੇ 'ਤੇ ਹਾਏ ਨਾ ਕਰੇ? ਇੰਝ ਕੱਟੀਆਂ ਹੋਈਆਂ ਰੱਗਾਂ ਨਾ, ਇੰਝ ਫਿਰੀਆਂ ਖੈਮੇ ਵਾਲੇ ਪਾਸੇ, ਅਤੇ ਹੁਸੈਨ ਦੀ ਨਿਕਲੀ ਢਾਹ, ਰੋ ਰੋ ਕੇ ਪਿਆ ਦੇ, ਆਲੀਆ ਮੈਂ ਕੋ ਦੱਸਿਆ ਮੇਰੀ ਮਾਸੂਮਾਂ ਕਹਿਰਵਾਈ ਆਈ, ਸੈਯਦਾ ਦੇ ਡਾਵਲੀ ਦੜੀਆਂ ਦੜੀਆਂ, ਹਰ ਕੋਈ ਰੋਵੇ ਮੇਰੀ ਚੌਂ ਸਾਲਾਂ ਦੀ ਦੀ ਰੋਵੇ, ਬਿੰਬਾ ਦੀ ਕਸਮ ਇਹ ਸੁਣਾ ਤਾਂ ਹਰ ਕਹਿ ਦੇ, ਮਾਸੂਮਾਂ ਸੁਣਾ ਇਹ ਤੇ ਕਹਿ ਨਹੀਂ ਸੁਣਾ, ਸੱਚਾ ਤੇ ਗੱਲ ਚੋਪਾਈ ਛੁੜਾਈਆਂ, ਕਦੇ ਇਸ ਦੀਵਾ ਨਾਲ ਮੱਥਾ, ਕਦੇ ਇਸ ਦੀਵਾ ਨਾਲ ਮੱਥਾ, ਜਿਸ ਦੀਵਾ ਤੋਂ ਮੱਥਾ ਚੱਲੀਏ ਦੀਵਾ ਨੂੰ ਲਗਾ।
ਜਾਂਦਾ ਜੇ ਦੀਵਾ ਤੋਂ ਹੱਥਾਂ ਚੰਦੀਏ ਦੀਵਾ ਦਾ ਰੰਗ ਤਬਦੀਲੇ ਮਸੂਮਾ ਦਾ 5 ਮਿੰਟਾਂ ਦਾ ਬਾਅਦ ਨਮਾਜ਼ ਜੋ ਸ਼ਾਮ ਹਲਾਉ ਲੱਗ ਪਈ ਜਦੀ ਦਾ ਜੋ ਕਰ ਕਲਵਾਰ ਕਰ ਪੈਰਾ ਕਿਆਮਤ ਨਹੀਂ ਆ ਗਈ ਅਜਾ ਸਾਲਮਾ ਕਿਆਮਤ ਨਹੀਂ ਆਈ ਪਤਾ ਨਹੀਂ ਕਿਹੜੇ ਰੰਗ ਨਾਲ ਹੁਸੈਨ ਨੂੰ ਮਾਰਾਏ ਪੱਚੀ ਚੁੱਪ ਨਹੀਂ ਕਰਦੀ ਅਜਾ ਮਛੁਰਾ ਦੇ ਕਿਆ ਕਰਾਂ ਬਾਬੇ ਦਾ ਸਾਰਾ ਆ ਸੱਜੇ ਦੀਆਂ ਰੂਪਾਂ ਖੱਬੇ ਖੱਬੇ ਦੀਆਂ ਰੂਪਾਂ ਸੱਜੇ ਅਬਰੂ ਮੱਟੇ ਹੋਏ ਦਾਣੀ ਤੇ ਅੰਬਰ ਦੇ ਅਸਗਰ ਦਾ ਫੂਲ ਲਗਾਇਆ।